25 ਤਰੀਕ ਨੂੰ ਸਦਾ ਮਹਿੰਦਰ ਸਿੰਘ ਨੇ ਬਲਸ ਚੰਦਰਾ ਦੇ ਉਹਨਾਂ ਨੇ ਥਾਣੇ ਫੋਨ ਕੀਤਾ ਕਿ ਮੈਨੂੰ ਮੇਰੇ ਭਾਂਜੇ ਨੇ ਫੋਨ ਆਇਆ ਸੀ ਕਿ ਮੇਰੀ ਭੈਣ ਅਮਰਜੀਤ ਕੌਰ ਸੈਂਸਰੇ ਪਿੰਡ ਉਹ ਕਰੰਟ ਲੱਗਣ ਕਰਕੇ ਮੌਤ ਹੋ ਗਈ ਉਹਦੀ। ਅਤੇ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਤਾਂ ਕਰੰਟ ਲੱਗਣ ਵਾਲੇ ਹਾਲਾਤ ਨਹੀਂ ਸਨ, ਉਹਦੇ ਸਿਰ 'ਤੇ ਬੜੀ ਡੂੰਘੀ ਸੱਟ ਸੀ, ਗਰਦਨ 'ਤੇ ਚਾਕੂ ਦੇ ਨਿਸ਼ਾਨ ਸੀ, ਹੋਰ ਵੀ। ਤੋ ਮਾਮਲਾ ਉਹਨੂੰ ਸਾਰਾ ਸ਼ੱਕੀ ਲੱਗਾ, ਜੇ ਘਰ ਦੇ ਹੀ ਬੰਦੇ ਇਹ ਕਹਿ ਕੇ ਲੁਕੋ ਰਹੇ ਨੇ ਕਿ ਕਲੀਅਰ ਕੱਟ ਡੂੰਘੇ ਜ਼ਖਮ ਦੇ ਨਿਸ਼ਾਨ ਨੇ, ਅਤੇ ਮਾਮਲਾ ਸ਼ੱਕੀ ਹੋਣ 'ਤੇ ਉਹਨੇ ਕਿਹਾ ਕਿ ਸ਼ਾਇਦ ਮੇਰੇ ਭਾਂਜਿਆਂ ਦਾ ਨਾ ਇਹਦੇ 'ਚ ਰੋਲ ਹੋਵੇ। ਅਤੇ ਡਿਊਰਿੰਗ ਇਨਵੈਸਟੀਗੇਸ਼ਨ ਫਿਰ ਪਤਾ ਲੱਗਾ ਕਿ ਇਹਦੀ ਜਿਹੜੀ ਨੂੰਹ ਸੀ ਨਰਿੰਦਰਜੀਤ ਕੌਰ, ਉਹਨੇ ਇਹ ਕੰਮ ਕੀਤਾ। ਉਹਦੀ ਰੰਜਿਸ਼ ਇਹ ਸੀ ਕਿ ਸ਼ਕਲ ਸੂਰਤ ਦੀ ਉਹ ਥੋੜ੍ਹੀ ਸਧਾਰਨ ਹੈ। ਉਹਦਾ ਕਹਿਣਾ ਹੈ ਕਿ ਜਦੋਂ ਦੀ ਮੈਂ ਵਿਆਹ ਕੇ ਆਈ ਹਾਂ, ਮੁੰਡਾ ਵਾਕਈ ਇਹਦਾ ਥੋੜ੍ਹਾ ਐਸ ਕੰਪੇਅਰ ਟੂ ਨਰਿੰਦਰਜੀਤ ਕੌਰ ਥੋੜ੍ਹਾ ਕੁ ਠੀਕ ਹੈ। ਉਹਨੂੰ ਕਹਿੰਦੇ ਕਿ ਮੈਨੂੰ ਹਮੇਸ਼ਾ ਤੋਂ 15 ਸਾਲ ਹੋ ਗਏ ਵੈਸੇ ਵਿਆਹ ਨੂੰ, ਕਿ ਹਮੇਸ਼ਾ ਤੋਂ ਇਹ ਗੱਲ ਦਾ ਅਹਿਸਾਸ ਕਰਾਉਂਦੇ ਰਹੇ ਕਿ ਤੂੰ ਥੋੜ੍ਹੀ ਸ਼ਕਲੋ ਇਸ ਤਰ੍ਹਾਂ ਕਿ ਮੁੰਡਾ ਸਾਡਾ ਸੁਨੱਖਾ ਇਹ ਉਹ। ਚਲ ਟਾਈਮ ਤਾਂ ਲੰਘ ਗਿਆ 15 ਸਾਲ। ਇੱਕ ਸੈਕਿੰਡ ਰੰਜਿਸ਼ ਇਹ ਹੋ ਗਈ ਕਿ ਇਹਨਾਂ ਦੇ ਅਮਰਜੀਤ ਕੌਰ ਮਰਨ ਵਾਲੀ ਦੇ ਦੋ ਮੁੰਡੇ ਨੇ, ਇੱਕ ਸੁਰਜੀਤ ਸਿੰਘ ਇਹ ਜਿਹਨੇ ਕਤਲ ਕੀਤਾ ਉਹਦਾ ਘਰ ਵਾਲਾ, ਅਤੇ ਇੱਕ ਛੋਟਾ ਗੁਰਪ੍ਰੀਤ। ਉਹ ਦੋਵਾਂ ਨੂੰ 2-2 ਕਿੱਲੇ ਪੈਲੀ ਦਿੱਤੀ ਹੈ। ਦੋਵੇਂ ਜਣੇ ਆਪਣੇ ਹਿੱਸੇ 'ਚੋਂ ਜਿੰਨੇ ਵੀ ਉਹਨਾਂ ਦਾ ਹੋਇਆ ਕਿ ਠੇਕਾ ਆਪਣੀ ਮਾਂ ਨੂੰ ਦਿੰਦੇ ਨੇ। ਇਹਨੂੰ ਲੇਡੀ ਨੂੰ ਇਹ ਵੀ ਸੀ ਕਿ ਕਿਤੇ ਇਹ ਜਿਹੜੀ 2 ਕਿੱਲੇ ਜਿਹੜੀ ਦੂਸਰੀ ਜਗ੍ਹਾ ਹੈਗੀ ਹੈ ਮਾਤਾ ਦੇ ਨਾਂ 'ਤੇ, ਇਹ ਵੀ ਦੂਜੇ ਮੁੰਡੇ ਨੂੰ ਛੋਟੇ ਨੂੰ ਨਾ ਦੇ ਦੇ। ਇਹੋ ਹੀ ਇਹਨੇ ਮੌਕਾ ਪਾ ਕੇ, ਅਤੇ ਘਰ ਇਕੱਲੀ ਸੀ, ਉਹਦਾ ਹਸਬੈਂਡ SGPC ਦੀ ਸਰਵਿਸ ਕਰਦਾ, ਬੱਚੇ ਸਕੂਲ ਗਏ ਸੀ, ਤਾਂ ਉਹਨੇ ਪਹਿਲੇ ਬਾਲਾ ਮਾਰਿਆ, ਨੀਚੇ ਡਿੱਗੀ, ਗਲਾ ਘੁੱਟਿਆ, ਅੰਨੇ ਵਾਹ ਨੇ 5-7 ਵਾਰ ਕੀਤੇ ਚਾਕੂ ਦੇ, ਮੁੜ ਕੇ ਇਹ ਬਣਾਉਣ ਵਾਸਤੇ ਕਿ ਕੱਲ੍ਹ ਨੂੰ ਮੈਂ ਕਹਾਂਗੀ ਕਰੰਟ ਲੱਗ ਗਿਆ। ਕਰੰਟ ਵੀ ਲਗਾਇਆ, ਅਤੇ ਪ੍ਰੈਸ ਦੀ ਤਾਰ ਹੈਗੀ ਸੀ ਜੀ ਉੱਥੇ, ਉਹਦੇ ਨਾਲ ਲਗਾਇਆ, ਅਤੇ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਅਤੇ ਕੱਲ੍ਹ 26 ਤਰੀਕ ਨੂੰ, ਅਤੇ ਅੱਜ ਕੋਰਟ 'ਚ ਪੇਸ਼ ਕੀਤਾ ਗਿਆ, ਅਤੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਅਤੇ ਜਿਹੜੇ ਜਿਸ ਬਾਲੇ ਨਾਲ ਇਹਨੇ ਕੀਤਾ ਸੀ ਪਹਿਲਾਂ ਇਨੀਸ਼ੀਅਲ ਵਾਰ ਕੀਤਾ ਸੀ, ਉਹ ਰਿਕਵਰ ਕਰ ਲਿਆ ਉਹਦੇ ਫਰਦਿੰਗ ਸਾਫ਼ 'ਤੇ। ਬਾਕੀ ਇਹਦੇ ਜਿਹੜਾ ਜਿਸ ਚਾਕੂ ਨਾਲ ਉਹਨੇ ਗਰਦਨ 'ਤੇ ਛਾਤੀ 'ਤੇ ਜਿਹੜੇ ਵਾਰ ਕੀਤੇ ਸੀ, ਉਹ ਬਰਾਮਦ ਕਰਨ ਵਾਲਾ। ਇਹੋ ਗੱਲ ਦੇਖਣ ਵਾਲੀ ਹੈ ਕਿ ਲੜਕੀ ਜਿਹੜੀ ਲੇਡੀ ਹੈ 38 ਸਾਲ ਉਹਦੀ ਉਮਰ ਹੈ, ਸਰੀਰ ਤੋਂ ਵੀਕ ਲੱਗਦੀ ਹੈ। ਮਾਤਾ ਜਿਹੜੇ ਜਿਹਨਾਂ ਦਾ ਕਤਲ ਹੋਇਆ ਸਰੀਰੋਂ ਤਕੜੇ ਸਨ, ਅਤੇ ਇਹ ਵੀ ਗੱਲ ਧੋਖੀ ਜਾ ਰਹੀ ਹੈ ਕਿਉਂਕਿ ਉਹਦੀ ਗੱਲਬਾਤ ਕਰਨ ਦਾ ਤਰੀਕਾ ਜਾਂ ਦੂਸਰਾ ਆਮ ਕਾਤਲਾਂ ਵਰਗਾ ਨਹੀਂ ਹੈਗਾ, ਜਿਹੜਾ ਕਨਫੈਸ਼ਨ ਵੀ ਕਰਦਾ ਉਹਦੇ ਮਨ 'ਚ ਕੋਈ